ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਫਿਨਲੈਂਡ ਦੀ ਕਰਾਂਗੇ। ਫਿਨਲੈਂਡ ਸਟੱਡੀ ਵੀਜ਼ਾ, ਅਸੀਂ ਯੂਰਪ ਦੀ ਕੰਟਰੀਜ਼ ਉੱਪਰ ਡਿਟੇਲ ਵਿੱਚ ਕਈ ਵੀਡੀਓਜ਼ ਦੀ ਸੀਰੀਜ਼ ਜੋ ਹੈ ਬਣਾ ਰਹੇ ਹਾਂ, ਅਤੇ ਅੱਜ ਫਿਨਲੈਂਡ ਦੇ ਉੱਪਰ ਫੋਕਸ ਕਰਾਂਗੇ ਕੀ ਬੈਨੀਫਿਟ ਨੇ, ਕੀ ਪ੍ਰੋਸੈਸ ਹੈ ਅਤੇ ਕਿਹੜੀ ਪ੍ਰੋਫਾਈਲ ਵਾਲਿਆਂ ਲਈ ਢੇਰ ਸਾਰੇ ਚੰਗੇ ਮੌਕੇ ਨੇ ਅੱਗੇ ਵਧਣ ਲਈ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਅਤੇ ਖਾਸ ਤੌਰ 'ਤੇ ਫਿਨਲੈਂਡ ਸਟੱਡੀ ਵੀਜ਼ਾ ਨੂੰ ਲੈ ਕੇ ਢੇਰ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਜ਼ ਵੀਨਾ ਗੋਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਰ। ਸੋ ਮੈਮ, ਅੱਜ ਦੇ ਟਾਈਮ ਵਿੱਚ ਦੇਖੋ ਆਪਾਂ ਜਿਵੇਂ ਪਹਿਲਾਂ ਵੀ ਕਈ ਵੀਡੀਓਜ਼ ਬਣਾਈਆਂ ਨੇ ਯੂਰਪ ਕੰਟਰੀਜ਼ ਨੂੰ ਲੈ ਕੇ, ਸੋ ਫਿਨਲੈਂਡ ਦੇ ਉੱਪਰ ਅਗਰ ਆਪਾਂ ਫੋਕਸ ਕਰਦੇ ਹਾਂ ਕੀ ਚੰਗੇ ਆਪਸ਼ਨਸ, ਕਿਸ ਤਰ੍ਹਾਂ ਦੇ ਚੰਗੇ ਕੋਰਸਿਸ, ਅਗਰ ਆਪਾਂ ਬੈਨੀਫਿਟਸ ਦੀ ਗੱਲ ਕਰੀਏ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੇ ਬੈਨੀਫਿਟਸ ਮਿਲ ਸਕਦੇ ਨੇ, ਕਿਸ ਤਰ੍ਹਾਂ ਦੇ ਕੋਰਸਿਸ ਦੇ ਨਾਲ ਅੱਗੇ ਵੱਧ ਸਕਦੇ ਨੇ, ਕਿੰਨਾ ਕੁ ਪੋਜ਼ਿਟਿਵ ਰਿਜ਼ਲਟ ਇੱਥੇ ਦੇਖੇ ਜਾ ਰਹੇ ਨੇ, ਪੂਰੀ ਕੰਪਲੀਟ ਇਨਫੋਰਮੇਸ਼ਨ ਜ਼ਰੂਰ ਸਟੂਡੈਂਟਸ ਨਾਲ ਸਾਂਝੀ ਕਰਿਓ। ਸਟੂਡੈਂਟਸ, ਜਿਹੜਾ ਫਿਨਲੈਂਡ ਕੰਟਰੀ ਹੈ, ਕਾਫੀ ਟਾਈਮ ਤੋਂ ਸਟੂਡੈਂਟਸ 'ਚ ਬੜਾ ਪਾਪੂਲਰ ਹੈ, ਬਿਕੋਜ਼ PR ਬਹੁਤ ਈਜ਼ੀ ਦਿੰਦਾ ਹੈ, ਫੈਮਿਲੀ ਨਾਲ ਜਾ ਸਕਦੀ ਹੈ ਸਪਾਊਸ ਵੀਜ਼ਾ, ਤਾਂ ਈਵਨ ਤੁਸੀਂ ਬੱਚੇ ਨਾਲ ਲੈ ਕੇ ਜਾ ਸਕਦੇ ਹੋ, ਕਿਉਂਕਿ ਪਿੱਛੇ ਜਿਹੜੇ ਬੱਚੇ ਗਏ ਉੱਥੇ ਜਾ ਕੇ ਅਰਨਿੰਗ ਅੱਛੀ ਹੋਈ, ਸੈਟਲਮੈਂਟ ਉਹਨਾਂ ਦੀ ਅੱਛੀ ਹੋਈ, ਅਤੇ ਇਸ ਕਰਕੇ ਸਟੂਡੈਂਟਸ ਦਾ ਇੱਕ ਇੰਟਰਸਟ ਬਣਿਆ। ਪਹਿਲੇ ਜਿਹੜੇ ਜਾਂਦੇ ਉਹਨਾਂ ਨੂੰ ਥੋੜ੍ਹਾ ਜਿਹਾ ਇੱਕ ਲੱਗਦਾ, ਜਦੋਂ ਜਾ ਕੇ ਸੈਟਲ ਹੋ ਜਾਂਦੇ ਆ, ਇੱਧਰ ਨਿਊਜ਼ ਦਿੰਦੇ ਆ, ਫਿਰ ਇੱਧਰ ਦੇ ਸਟੂਡੈਂਟਸ ਦੀ ਸ਼ੁਰੂ ਹੋ ਜਾਂਦੀ ਹੈ, ਅਤੇ ਫਿਨਲੈਂਡ ਵਾਸਤੇ ਇਨਕੁਆਇਰੀ ਬਹੁਤ ਅੱਛੀ ਰਹਿੰਦੀ ਹੈ ਹਮੇਸ਼ਾ ਹੀ। ਫਿਨਲੈਂਡ ਦਾ ਟੋਟਲ ਪ੍ਰੋਸੈਸ ਕੀ ਹੈ? ਫਿਨਲੈਂਡ ਦਾ ਜਿਹੜਾ ਹੁਣ ਜੁਲਾਈ ਇਨਟੇਕ ਹੈ ਜਾਂ ਅਗਸਤ ਹੈ, ਹਰ ਯੂਨੀਵਰਸਿਟੀ ਦਾ ਕਿਸੇ ਦਾ ਜੁਲਾਈ ਐਂਡ ਜਾਂ ਕਿਸੇ ਦਾ ਅਗਸਤ ਵਿੱਚ ਆਏਗਾ, ਇਹਨਾਂ ਦਾ ਇੱਕ ਸਿਲੈਕਸ਼ਨ ਪ੍ਰੋਸੈਸ ਹੁੰਦਾ। ਹੁਣ ਜਿਹੜੀ ਐਪਲੀਕੇਸ਼ਨ ਓਪਨ ਹੋਣੀ ਸ਼ੁਰੂ ਹੋ ਜਾਣੀ ਹੈ, ਓਪਨ ਹੋਣ ਦੇ ਬਾਅਦ ਮਾਰਚ ਵਿੱਚ ਕਲੋਜ਼ ਆ ਜਾਣੀ ਹੈ। ਜਿੰਨਾ ਲੇਟ ਤੁਸੀਂ ਅਪਲਾਈ ਕਰੋਗੇ ਉਨੀ ਸਕੋਲਰਸ਼ਿਪ ਤੁਹਾਡੀ ਘੱਟ ਹੋਏਗੀ। ਫੀਸ ਅਰਾਊਂਡ 11,000 ਤੋਂ ਲੈ ਕੇ 14,000 ਯੂਰੋ ਤੱਕ ਰਹਿੰਦੀ ਹੈ, ਡਿਪੈਂਡ ਕਰਦਾ। ਪਰ ਜਿੰਨੀ ਜਲਦੀ ਮੀਨਸ ਕੋਟਾ ਹੁੰਦਾ ਇਹਨਾਂ ਦਾ, ਸਟਾਰਟਿੰਗ 'ਚ ਜਿੰਨਾ ਜ਼ਿਆਦਾ ਕੋਟਾ ਉਹ ਮਿਲ ਜਾਂਦਾ, ਲਾਸਟ ਨੈਚੁਰਲ ਕੋਟਾ ਘੱਟ ਬਚਦਾ। 1,00,000 ਸਟੂਡੈਂਟ ਦਾ ਮੰਨ ਲਓ ਕੋਟਾ, ਜਾਂ ਉਹਨਾਂ ਨੇ ਸ਼ੁਰੂ ਵਿੱਚ ਆਲ ਓਵਰ ਵਰਲਡ ਦੇ ਤਾ, ਜਾਂ 50,000 ਜਾਂ 40,000, ਉਹ ਯੂਨੀਵਰਸਿਟੀਆਂ ਨੂੰ ਪਤਾ, ਟੋਟਲ ਗਵਰਨਮੈਂਟ ਦੀ ਤਰਫ ਤੋਂ ਕੋਟਾ ਆਉਂਦਾ। ਅਤੇ ਅਸੀਂ ਦੇਖਿਆ ਈਵਨ 50% ਤੱਕ ਵੀ ਸਕੋਲਰਸ਼ਿਪ ਲੱਗੀ ਹੈ, ਜੇ 11,000 ਯੂਰੋ ਫੀਸ ਹੈ ਤਾਂ ਤੁਸੀਂ ਦੇਖੋ 5,500 ਯੂਰੋ ਫੀਸ ਰਹਿ ਗਈ, ਜਾਂ 30-40% ਲੱਗੀ ਹੈ ਤਾਂ 7-8,000 ਯੂਰੋ ਤੁਹਾਡੀ ਫੀਸ ਰਹਿ ਗਈ। ਜਦ ਤੁਸੀਂ ਸ਼ੁਰੂ ਦੇ ਵਿੱਚ ਅਪਲਾਈ ਕਰ ਲਿਆ, ਤੁਹਾਡੀ ਆਫਰ ਲੈਟਰ ਆ ਗਈ ਵਿਦ ਸਕੋਲਰਸ਼ਿਪ, ਤੁਹਾਨੂੰ ਸ਼ੁਰੂ ਵਿੱਚ ਕੋਈ 2,000-2,500 ਯੂਰੋ ਦੇ ਕੇ ਆਪਣੀ ਫਾਈਲ ਜਿਹੜੀ ਸਬਮਿਸ਼ਨ ਕਰਾਉਣੀ ਆ, ਔਰ ਬਾਕੀ ਜਿਹੜੀ ਫੀਸ ਹੈ ਉਹ ਵੀਜ਼ਾ ਦੇ ਬਾਅਦ ਪੇ ਕਰਨੀ ਆ। ਨਾਲ ਤੁਹਾਨੂੰ ਆਇਲਸ ਚਾਹੀਦਾ ਜਾਂ ਨਹੀਂ ਚਾਹੀਦਾ, ਗੈਪ ਕਿੰਨਾ ਹੋਣਾ ਚਾਹੀਦਾ, ਇਹ ਮੇਜ਼ਰ ਕੰਸਰਨ ਰਹਿੰਦੇ। ਵਿਦਆਊਟ ਆਇਲਸ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਗੈਪ ਜਿਹੜਾ ਅਪ ਟੂ 10 ਈਅਰਸ ਦਾ ਵੀ ਤੁਸੀਂ, ਜਿਹੜਾ ਬੱਚਾ ਮੀਨਸ 10 ਸਾਲ ਦਾ ਵੀ ਗੈਪ ਹੈ, ਤੁਸੀਂ ਅਪਲਾਈ ਕਰ ਸਕਦੇ ਹੋ। ਪਰਸੈਂਟੇਜ 55% ਆਰ 60% ਜਿਹੜਾ ਤੁਸੀਂ ਕਰ ਸਕਦੇ ਹੋ। ਕੁਛ ਯੂਨੀਵਰਸਿਟੀਆਂ 50% ਨਾਲ ਵੀ ਲੈਂਦੀ ਹੈ, ਉਹ ਯੂਨੀਵਰਸਿਟੀ ਟੂ ਯੂਨੀਵਰਸਿਟੀ ਡਿਪੈਂਡ ਕਰਦਾ। ਫੰਡਿੰਗ ਜਿਹੜੀ ਦਿਖਾਉਣੀ ਹੈ, ਆਲਮੋਸਟ 7,00,000 ਜਿਹੜੀ ਹੈ ਮੇਨ ਐਪਲੀਕੈਂਟ ਦੇ ਅਕਾਊਂਟ 'ਚ ਦਿਖਾਉਣੀ ਹੈ, ਜੇ ਸਪਾਊਸ ਹੈ ਤਾਂ ਆਲਮੋਸਟ ਡਬਲ ਕਰ ਲਓ, ਔਰ ਜੇ ਇੱਕ ਬੱਚਾ ਹੈ ਤਾਂ ਆਲਮੋਸਟ 20,00,000, ਔਰ 2 ਬੱਚੇ ਤਾਂ ਆਲਮੋਸਟ 24,00,000 ਤੁਸੀਂ ਸ਼ੋਅ ਕਰਨੀ ਆ। ਦਿਸ ਇਜ਼ ਦਾ ਟੋਟਲ ਪ੍ਰੋਸੈਸ ਫਾਰ ਫਿਨਲੈਂਡ। ਲੇਕਿਨ ਫਿਨਲੈਂਡ ਜਾਣ ਵਾਸਤੇ ਜਿੰਨਾ ਜਲਦੀ ਅਪਲਾਈ ਕਰੋਗੇ ਉਨਾ ਹੀ ਤੁਹਾਨੂੰ ਸਕੋਲਰਸ਼ਿਪ ਜ਼ਿਆਦਾ ਮਿਲਣੀ ਹੈ, ਐਂਡ ਆਲ ਆਰ ਗਵਰਮੈਂਟ ਯੂਨੀਵਰਸਿਟੀਜ਼, ਇੱਥੇ ਪ੍ਰਾਈਵੇਟ ਯੂਨੀਵਰਸਿਟੀਜ਼ ਨਹੀਂ ਹੁੰਦੀਆਂ, ਅਤੇ ਜਿਹੜਾ ਵੀ ਯੂ ਆਰ ਇਨ ਵੈਰੀ ਸੇਫ ਹੈਂਡਸ।
ਜਿਹੜਾ ਕਿ ਗਵਰਨਮੈਂਟ ਯੂਨੀਵਰਸਿਟੀਜ਼ ਔਰ ਕੋਰਸਿਸ ਆਰ ਵੈਰੀ ਬਿਊਟੀਫੁਲ ਕੋਰਸਿਸ ਪੜ੍ਹਨ ਦੇ ਵਾਕਈ 'ਚ ਚਾਹਵਾਨ ਹੋ ਜਾਂ ਜਾਣ ਦੇ ਚਾਹਵਾਨ ਹੋ ਜਾਂ ਸੈਟਲਮੈਂਟ ਦੇ ਚਾਹਵਾਨ ਹੋ ਤਿੰਨੋਂ ਆਪਸ਼ਨ ਤੁਹਾਡੇ ਪੜ੍ਹਨ ਦੇ ਨਾਲ ਇਹ ਪੂਰੇ ਕਰ ਰਹੇ ਹੋ। ਬਿਲਕੁਲ ਸੋ ਪੜ੍ਹਾਈ ਦੇ ਬਹੁਤ ਚੰਗੇ ਮੌਕੇ, ਫੈਮਿਲੀ ਦੇ ਨਾਲ ਵਧੀਆ ਸੈਟਲਮੈਂਟ ਔਰ ਇਹੀ ਸਭ ਕੁਛ ਹਰੇਕ ਚਾਹੁੰਦਾ, ਹਰ ਕੋਈ ਕਿ ਅਸੀਂ ਕਿਸੇ ਵੀ ਕੰਟਰੀ ਜਾਈਏ ਸਾਨੂੰ ਆਪਣੀ ਫੈਮਿਲੀ ਦੇ ਨਾਲ ਸੈਟਲਮੈਂਟ ਮਿਲ ਸਕੇ ਜਾਂ ਸਾਨੂੰ ਹੋਰ ਢੇਰ ਸਾਰੇ ਚੰਗੇ ਆਪਸ਼ਨ ਜ਼ਰੂਰ ਮਿਲ ਸਕਣ। ਸੋ ਫਿਨਲੈਂਡ ਆਪਣੇ ਆਪ ਦੇ ਵਿੱਚ ਇੱਕ ਚੰਗੀ ਡੈਸਟੀਨੇਸ਼ਨ ਜਿੱਥੇ ਤੁਸੀਂ ਅਪਲਾਈ ਕਰਕੇ ਆਪਣੇ ਫਿਊਚਰ ਨੂੰ ਸਿਕਿਓਰ ਕਰ ਸਕਦੇ ਹੋ। ਸੋ ਹੋਰ ਕੋਈ ਸਵਾਲ ਹੈ ਅਪਲਾਈ ਕਰਨ ਨੂੰ ਲੈ ਕੇ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਵੀ ਤੁਸੀਂ ਕਾਲ ਕਰ ਸਕਦੇ ਹੋ। ਮੈਮ, ਮੈਂ ਥੋੜ੍ਹਾ ਜਿਹਾ ਇਨਟੇਕਸ ਨੂੰ ਲੈ ਕੇ ਵੀ ਇਹਨਾਂ ਇਸ ਕੰਟਰੀ ਬਾਰੇ ਜਾਣਨਾ ਚਾਹੂੰਗੀ, ਕਦੋਂ ਕਿਹੜੇ ਕਿਹੜੇ ਇਨਟੇਕ ਹੁੰਦੇ ਨੇ ਅਤੇ ਹੁਣ ਜਿਹੜੇ ਸਟੂਡੈਂਟਸ ਨੇ ਅਪਲਾਈ ਕਰਨਾ ਕਿਹੜੇ ਇਨਟੇਕਸ ਲਈ ਕਰ ਸਕਦੇ ਹੈ? ਮੈਂ ਵੀਡੀਓ ਦੇ ਸਟਾਰਟਿੰਗ 'ਚ ਹੀ ਦੱਸਿਆ ਕਿ ਜੁਲਾਈ ਲਾਸਟ ਅਤੇ ਅਗਸਤ ਇਨਟੇਕ ਹੈ ਅਤੇ ਮੇਨ ਇੱਕੋ ਹੀ ਇਨਟੇਕ ਹੁੰਦਾ ਇਹਨਾਂ ਦਾ ਜਾਂ ਜੈਨ ਫੈਬ ਵਾਲਾ ਇਨਟੇਕ ਹੁੰਦਾ, ਉਹ ਖਤਮ ਹੋ ਚੁੱਕਿਆ। ਹੁਣ ਜਿਹੜੀ ਐਪਲੀਕੇਸ਼ਨ ਸਟਾਰਟ ਹੋਣਗੀ ਉਹ ਅਗਸਤ ਸਟਾਰਟਿੰਗ ਵਾਸਤੇ ਹੈ ਔਰ ਉਹਦੀ ਡੈਡਲਾਈਨ ਮਾਰਚ ਵਿੱਚ ਖਤਮ ਹੋ ਜਾਏਗੀ ਔਰ ਬੱਚੇ ਜਾਂ ਸਟੂਡੈਂਟਸ ਹੁਣ ਅਪਲਾਈ ਕਰਦੇ ਆ ਤਾਂ ਇਹਨਾਂ ਨੂੰ ਸਕੋਲਰਸ਼ਿਪ ਅੱਛੀ ਲੱਗੇਗੀ। ਜੀ, ਸੋ ਚੰਗੀ ਸਕੋਲਰਸ਼ਿਪਸ ਵੀ ਅਗਰ ਚਾਹੁੰਦੇ ਹੋ ਤਾਂ ਟਾਈਮਲੀ ਜ਼ਰੂਰ ਤੁਸੀਂ ਅੱਗੇ ਵਧੋ ਅਪਲਾਈ ਕਰਨ ਨੂੰ ਲੈ ਕੇ। ਅਤੇ ਕੋਈ ਵੀ ਸਵਾਲ ਹੈ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਤਾਂ ਜ਼ਰੂਰ ਕਾਲ ਕਰ ਸਕਦੇ ਹੋ। ਨੈਵੀਗੇਟਰਸ ਓਵਰਸੀਜ਼ ਦਾ ਜਿਹੜਾ ਨੰਬਰ ਡਿਸਪਲੇ ਹੈ। ਬਹੁਤ ਬਹੁਤ ਥੈਂਕਸ ਮੈਮ, ਅੱਜ ਤੁਸੀਂ ਫਿਨਲੈਂਡ ਕੰਟਰੀ ਬਾਰੇ ਡਿਟੇਲ ਵਿੱਚ ਸਟੂਡੈਂਟਸ ਨੂੰ ਦੱਸਿਆ ਕਿਵੇਂ ਉਹ ਬੈਨੀਫਿਟਸ ਵੀ ਲੈ ਸਕਦੇ ਨੇ, ਇਸ ਦੇ ਉੱਪਰ ਵੀ ਪੂਰੀ ਜਾਣਕਾਰੀ ਦਿੱਤੀ ਹੈ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ। ਥੈਂਕ ਯੂ ਸੋ ਮਚ। ਥੈਂਕ ਯੂ।